ਸੁਪਰੀਮ ਕੋਰਟ ਨੇ ਹੋਲਡ ਕਰਤਾ ਕੋ ਮਾੜੀ ਚੀਜ਼ ਨੂੰ ਹੋਲਡ ਕਰਦਾ ਵਾ ਭਾਵੇਂ ਅਸੀਂ ਸਹਿਮਤ ਨਹੀਂ ਇੱਕ ਨੂੰ ਰੱਦ ਕੀਤੇ ਜਾਣ ਸੋ ਜੇ ਇਹ ਮੰਨ ਗਿਆ ਤੇ ਕੱਲ ਨੂੰ ਕਾਨੂੰਨ ਰੱਦ ਕਰਨ ਵਾਲਾ ਗੱਲ ਵੀ ਲੋਕ ਮਨਾ ਲੈਣਗੇ ਹੁਣ ਇਹਨਾਂ ਨੂੰ ਕੁਝ ਨਹੀਂ ਪਤਾ ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਸਭ ਕੁਝ ਪਤਾ ਵਾ ਤੇ ਉਹ ਕਿਉਂ ਨਾ ਇਹ ਮੈਨੂੰ ਲੱਗਦਾ ਬਦਲੇ ਦੀ ਭਾਵਨਾ ਨਾਲ ਕਾਰਵਾਈ ਹੋ ਰਹੀ ਆ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜੇ ਬਾਜ ਨਾ ਆਈ ਤਾਂ ਉਹਨਾਂ ਦੇ ਦਫ਼ਤਰ ਦਾ ਘਰਾਓ ਵੀ ਸੰਭਵ ਆ ਮੀਟਿੰਗਾਂ 'ਚ ਨੈਤਿਕ ਤੌਰ 'ਤੇ ਹਾਰ ਚੁੱਕੀ ਆ ਉਹਨਾਂ ਨੂੰ ਇਹ ਏਡੇ ਵੱਡੇ ਅੰਦੋਲਨ ਨਿਪਟਣ ਦਾ ਤਜਰਬਾ ਵੀ ਕੋਈ ਨਹੀਂ ਹੈਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਾਡੇ ਨਾਲ ਨੇ ਸਰਬਪੰਦੇਵ ਜੀ ਗੱਲਬਾਤ ਕਰਾਂਗੇ ਸਰਬਪੰਦੇਵ ਜੀ ਕਿਸ ਤਰ੍ਹਾਂ ਦੇਖਦੇ ਹੋ ਨੌਵੇਂ ਗੇੜ ਦੀ ਮੀਟਿੰਗ ਜਿਹੜੀਆਂ ਹੋ ਚੁੱਕੀਆਂ ਹਜੇ ਤੱਕ ਜਿਹੜਾ ਕੁਝ ਸਿੱਟਾ ਨਹੀਂ ਨਿਕਲਿਆ ਆਹ ਦੇਖੋ ਮੀਟਿੰਗਾਂ 'ਚੋਂ ਪਹਿਲਾਂ ਵੀ ਕੁਝ ਨਹੀਂ ਨਿਕਲਿਆ ਅੱਗੇ ਵੀ ਕੁਝ ਨਹੀਂ ਨਿਕਲਣਾ ਦੇਖਣਾ ਅੱਗੇ ਜੋ ਉਹਨਾਂ ਨੇ ਪਹਿਲੋਂ ਰਾਗ ਲਾਪਣਾ ਹੁਣ ਅਗਲੀ ਮੀਟਿੰਗ 'ਚ ਉਹੀ ਰਾਗ ਲਾਪਣਗੇ ਅੰਦੋਲਨ ਲੰਬਾ ਚੱਲੂਗਾ ਸਰਕਾਰ ਦੀ ਨੀਅਤ ਅਤੇ ਨੀਤ ਅਜੇ ਠੀਕ ਨਹੀਂ ਹੈਗੀ ਉਹ ਫੈਸਲਾ ਹੀ ਨਹੀਂ ਮੰਨ ਕਰ ਸਕੇ ਵੀ ਅਸੀਂ ਨਿਬੇੜਨਾ ਵਾ ਪਰ ਕੀ ਲੱਗਦਾ ਸੰਘਰਸ਼ ਨੂੰ ਕਮਜ਼ੋਰ ਕੀਤਾ ਜਾ ਰਿਹਾ ਜਿਹੜਾ ਇਸ ਤਰ੍ਹਾਂ ਵਾਰ ਵਾਰ ਮੀਟਿੰਗਾਂ ਰੱਖ ਕੇ ਜਿਹੜਾ ਕੋਈ ਸਿੱਟਾ ਨਹੀਂ ਨਿਕਲਦਾ ਵਾ ਨਹੀਂ ਮੈਨੂੰ ਨਹੀਂ ਲੱਗਦਾ ਸੰਘਰਸ਼ ਨੂੰ ਹੋਰ ਬਲ ਮਿਲੂਗਾ ਜੇ ਕੇਂਦਰ ਸਰਕਾਰ ਦੀ ਹੱਡ ਤਰਮੀ ਆ ਲੋਕਾਂ ਵਿੱਚ ਰੋਹ ਵੱਧਦਾ ਵਾ ਸਰਕਾਰ ਨੂੰ ਹੋਰ ਬਲ ਮਿਲਦਾ ਵਾ ਸਰਕਾਰ ਤਾਂ ਚਾਹੁੰਦੀ ਹੈ ਵੀ ਸਾਨੂੰ ਮਾਨਸਿਕ ਤੌਰ 'ਤੇ ਹਰਾਉਣਾ ਪਰ ਉਹ ਸਫਲ ਨਹੀਂ ਅੰਦੋਲਨ ਤਾਂ ਸਾਡਾ ਦੇਸ਼ ਵਿੱਚ ਵੱਧ ਰਿਹਾ ਨਾ ਲਗਾਤਾਰ ਵੱਧ ਰਿਹਾ ਕੀ ਕਹਿੰਦੇ ਜਦ ਵਾਰ ਵਾਰ ਗੱਲ ਕੀਤੀ ਜਾਂਦੀ ਵੀ ਜਿਹੜੀ ਸੋਹ ਜਿੱਤੀ ਜਾਊਗੀ ਬੇਰਾਦ ਵੀ ਜਿੱਤੀਆਂ ਨੇ ਕਿਉਂ ਕੀ ਕਾਰਨ ਇਹਦਾ ਵਾਰ ਵਾਰ ਆਹ ਦੇਖੋ ਉਹਨਾਂ ਨੇ ਮੰਨਤਾ ਲਿਆ ਵੀ ਕਾਨੂੰਨ ਸਾਡੇ ਮਾੜੇ ਆ ਜੇ ਸੁਪਰੀਮ ਕੋਰਟ ਨੇ ਹੋਲਡ ਕਰਤਾ ਕੋਈ ਮਾੜੀ ਚੀਜ਼ ਨੂੰ ਹੋਲਡ ਕਰਦਾ ਵਾ ਭਾਵੇਂ ਅਸੀਂ ਸਹਿਮਤ ਨਹੀਂ ਇੱਕ ਨੂੰ ਰੱਦ ਕੀਤੇ ਜਾਣ ਸੋ ਜੇ ਇਹ ਮੰਨ ਗਿਆ ਤਾਂ ਕੱਲ੍ਹ ਨੂੰ ਕਾਨੂੰਨ ਰੱਦ ਕਰਨ ਵਾਲਾ ਗੱਲ ਵੀ ਲੋਕ ਮਨਾ ਲੈਣਗੇ ਕੀ ਕਹਿਣਾ ਚਾਹੋਗੇ ਐਨਆਈਏ ਵੱਲੋਂ ਵਾਰ ਵਾਰ ਜਿਹੜੇ ਨੋਟਿਸ ਭੇਜ ਰਹੇ ਆ ਤੁਹਾਨੂੰ ਵੀ ਨੋਟਿਸ ਆਇਆ ਕੀ ਕਹਿਣਾ ਚਾਹੋਗੇ ਆਹ ਦੇਖੋ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ ਇਹਨੇ ਪਹਿਲਾਂ ਵੀ ਕਿਉਂਕਿ ਜਿਹੜਾ ਲਾਅ ਐਂਡ ਆਰਡਰ ਦਾ ਇਸ਼ੂ ਆ ਸਟੇਟ ਦਾ ਸਬਜੈਕਟ ਆ ਪਹਿਲਾਂ ਆੜਤੀਆਂ ਖਿਲਾਫ਼ ਫਿਰ ਲੁਧਿਆਣੇ 'ਚ ਟਰਾਂਸਪੋਰਟਰਾਂ ਦੇ ਖਿਲਾਫ਼ ਹੁਣ ਕੁਛ ਯੂਨੀਅਨਸ ਜਾਂ ਕੁਛ ਨੌਜਵਾਨਾਂ ਦੇ ਖਿਲਾਫ਼ ਜਾਂ ਕੋਈ ਜਿਹੜੇ ਲੰਗਰ ਉੱਥੇ ਲਾ ਰਹੇ ਉਹਨਾਂ ਖਿਲਾਫ਼ ਜਿਵੇਂ ਕਰ ਰਹੀ ਆ ਪੰਜਾਬ ਦੀਆਂ ਏਜੰਸੀਆਂ ਪੰਜਾਬ ਦੀ ਅਫਸਰ ਸਾਹੀ ਪੂਰੀ ਤਰ੍ਹਾਂ ਇੱਕ ਸਾਡਾ ਜਿਹੜਾ ਵਾ ਉਹ ਸੂਬਾ ਜਿਹੜਾ ਵਾ ਇੱਕ ਆਪਣਾ ਕਹਿ ਲਓ ਬਾਰਡਰ ਵਾਲਾ ਸੂਬਾ ਵਾ ਇਹ ਅਲੱਡ 'ਤੇ ਰਹਿੰਦੀਆਂ ਵਾ ਇਹਨਾਂ ਨੂੰ ਹੁਣ ਇਹਨਾਂ ਨੂੰ ਕੁਛ ਨਹੀਂ ਪਤਾ ਅਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਸਭ ਕੁਝ ਪਤਾ ਵਾ ਅਤੇ ਉਹ ਕਿਉਂ ਨਾ ਇਹ ਮੈਨੂੰ ਲੱਗਦਾ ਬਦਲੇ ਦੀ ਭਾਵਨਾ ਨਾਲ ਕਾਰਵਾਈ ਹੋ ਰਹੀ ਆ ਜਿਵੇਂ ਜਿਸ ਤਰ੍ਹਾਂ ਕਿ ਨਾ ਨੈਤਿਕ ਤੌਰ 'ਤੇ ਕਿਸਾਨ ਆਗੂਆਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਆ ਸਰਕਾਰ ਮਿਲ ਘਬਰਾ ਗਈ ਆ ਵੀ ਇੰਨਾ ਪੀਸਫੁਲੀ ਇੰਨਾ ਸ਼ਾਂਤਮਈ ਆ ਅਤੇ ਆਪਾਂ ਜਿਵੇਂ ਇਹਨਾਂ ਦੇ ਨਾਂ ਆਰੋਪ ਲਾਏ ਆ ਵੀ ਇਹ ਖਾਲਿਸਤਾਨੀ ਆ ਨਕਸਲੀ ਆ ਪਚੀਨ ਵਾਲੇ ਆ ਪਾਕਿਸਤਾਨ ਵਾਲੇ ਆ ਵਿਚੋਲੀਆਂ ਦਾ ਅੰਦੋਲਨ ਆ ਵਿਰੋਧੀ ਧਿਰ ਵਾਲੇ ਆ ਸਾਰਾ ਕੁਝ ਫੇਲ ਹੋ ਗਿਆ ਹੁਣ ਕੁਛ ਨਹੀਂ ਲੱਭਦਾ ਹਥਾਥਾਂ ਵਿੱਚ ਇਹੋ ਜਿਹਾ ਕੁਝ ਕਰਦੇ ਆ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜੇ ਬਾਜ ਨਾ ਆਈ ਤਾਂ ਉਹਨਾਂ ਦੇ ਦਫ਼ਤਰ ਦਾ ਘਰਾਓ ਵੀ ਸੰਭਵ ਆ ਲੱਗਦਾ ਨਹੀਂ ਸੀ ਵੀ ਕੈਪਟਨ ਸਿੰਘ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਉਹਨਾਂ ਨੂੰ ਕੁਝ ਬੋਲਣਾ ਚਾਹੀਦਾ ਇਸ ਮੁੱਦੇ ਤੇ ਹਾਂ ਦੇਖੋ ਕਿਉਂਕਿ ਜਦੋਂ ਗਵਰਨਰ ਸਾਹਿਬ ਨੇ ਸੱਦਿਆ ਸੀ ਉਹ ਬੋਲੇ ਸੀ ਕਿਉਂਕਿ ਲਾਅ ਐਂਡ ਆਰਡਰ ਦਾ ਇਸ਼ੂ ਪੰਜਾਬ ਸਟੇਟ ਦਾ ਵਾ ਅਤੇ ਮੇਰੇ ਖਿਆਲ ਗ੍ਰਹਿ ਭਾਗ ਵੀ ਉਹਨਾਂ ਕੋਲ ਆ ਉਹਨਾਂ ਨੂੰ ਬੋਲਣਾ ਚਾਹੀਦਾ ਵੀ ਜਿਹੜੀ ਸੈਂਟਰ ਦੀ ਏਜੰਸੀ ਆ ਉਹ ਪੰਜਾਬ ਦੇ ਕੰਮਾਂ 'ਚ ਦਖਲਦਾਜੀ ਕਿਉਂ ਕਰਦੀ ਆ ਸੋ ਉਹਨਾਂ ਦੀ ਚੁੱਪ ਮੇਰੇ ਖਿਆਲ ਸ਼ੰਕੇ ਖੜੇ ਕਰਦੀ ਸਾਡੇ ਮਨ 'ਚ ਵੀ ਪਿਛਲੇ ਦਿਨੀ ਕੁਛ ਗਾਇਕ ਜਿਹੜੇ ਵੱਡੇ ਕਲਾਕਾਰ ਨੇ ਉਹਨਾਂ ਵੱਲੋਂ ਜਿਹੜਾ ਸਮਰਥਨ ਦਿੱਤਾ ਗਿਆ ਸੀ ਜਿਹੜਾ ਕਿਸਾਨਾਂ ਸੰਘਰਸ਼ ਪਰ ਉਹਨਾਂ ਨੂੰ ਵੀ ਜਿਹੜਾ ਨੋਟਿਸ ਭੇਜੇ ਗਏ ਸੀ ਇਹਦੇ ਬਾਰੇ ਤੁਹਾਡੇ ਕੀ ਆ ਦੇਖੋ ਬਹੁਤ ਚੰਗੀ ਗੱਲ ਆ ਪੰਜਾਬ ਦੇ ਗਾਇਕਾਂ ਨੇ ਆਪਦੀ ਜ਼ਿੰਮੇਵਾਰੀ ਨਿਭਾਈ ਆ ਬਹੁਤ ਚੰਗਾ ਲੱਗਿਆ ਵਾ ਸੱਭਿਆਚਾਰਕ ਤੌਰ 'ਤੇ ਲੋਕ ਪੱਖੀ ਗੀਤ ਗਾਏ ਆ ਲੋਕਾਂ ਦਾ ਉਤਸ਼ਾਹ ਵਧਾਇਆ ਵਾ ਸੋ ਕੇਂਦਰ ਹਤਾਸ਼ਾ ਵਿੱਚ ਆ ਕੇ ਜਿਵੇਂ ਉਹਨਾਂ ਖਿਲਾਫ਼ ਕਾਰਵਾਈ ਕਰ ਰਿਹਾ ਸੀ ਉਹਦੀ ਨਿੰਦਿਆ ਕਰਦੇ ਹਾਂ ਬਿਲਕੁਲ ਜਿਸ ਕਿਸਮ ਦੀ ਵੀ ਲੋੜ ਪਈ ਇਹਨਾਂ ਮਸਲੇ ਨੂੰ ਠੱਲ ਪਾਉਣ ਲਈ ਕਰਾਂਗੇ ਮਤਲਬ ਇਹਨੂੰ ਨਿੰਦਿਆ ਕਰਨੀ ਚਾਹੀਦੀ ਹੈ ਇਸ ਕਰਕੇ ਆ ਵੀ ਇਹ ਨਿਰਾਸ਼ ਕਰਨ ਵਾਲੀ ਗੱਲ ਆ ਇਹਨੂੰ ਆਪਾਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਕੀ ਲੱਗਦਾ ਨੇ ਵੀ ਕੇਂਦਰ ਸਰਕਾਰ ਜਿਹੜੀ ਆ ਉਹ ਘਬਰਾਈ ਹੋਈ ਆ ਜਿਹੜੀ ਆ ਵਾਰ ਵਾਰ ਕਿਸਾਨਾਂ ਨੂੰ ਇਹਨਾਂ ਜਿਹੜਾ ਵੱਡਾ ਇਕੱਠ ਦੇ ਕੇ ਲੱਗਦਾ ਨਹੀਂ ਆ ਵੀ ਘਬਰਾ ਗਈ ਜਿਹੜੀ ਆ ਕਦੀ ਉਹਨਾਂ ਹੱਥਕੰਡੇ ਵਟਾਉਂਦੀ ਕਦੀ ਨੋਟਿਸ ਭੇਜਦੀ ਕਦੀ ਕੁਛ ਹੱਥਕੰਡੇ ਵਰਤ ਰਹੀ ਹੈ ਵੇਖੋ ਅੰਦਰੋਂ ਡਰੀ ਹੋਈ ਆ ਸਰਕਾਰ ਮੀਟਿੰਗਾਂ 'ਚ ਨੈਤਿਕ ਤੌਰ 'ਤੇ ਹਾਰ ਚੁੱਕੀ ਆ ਉਹਨਾਂ ਨੂੰ ਇਹ ਏਡੇ ਵੱਡੇ ਅੰਦੋਲਨ ਨਿਪਟਣ ਦਾ ਤਜਰਬਾ ਵੀ ਕੋਈ ਨਹੀਂ ਹੈਗਾ ਸੋ ਸੱਪ ਦੇ ਮੂੰਹ 'ਚ ਕੋੜ ਕਈ ਨੂੰ ਪਤਾ ਨਹੀਂ ਲੱਗਦਾ ਮੈਂ ਕਰਨਾ ਕੀ ਆ ਸੋ ਇਸ ਕਰਕੇ ਚਲੋ ਹੁਣ ਮੈਨੂੰ ਕਦੇ ਮਾਲਕ ਸਤਬੁੱਧੀ ਬਖਸ਼ੇ ਕਿਤੇ ਨਾ ਕਿਤੇ ਤਾਂ ਅਕਲ ਆਊਗੀ ਕੀ ਕਹਿਣਾ ਚਾਹੋਗੇ 26-30 ਨੂੰ ਰੈਲੀ ਜਿਹੜੀ ਵੱਡੀ ਟਰੈਕਟਰ ਰੈਲੀ ਕਰ ਰਹੇ ਹੋ ਕਿਸ ਤਰ੍ਹਾਂ ਜਿਹੜਾ ਹੋ ਰਿਹਾ ਸਾਰਾ ਆਹ ਦੇਖੋ ਪਹਿਲਾਂ ਵੀ ਸਾਡਾ ਅੰਮ੍ਰਿਤਸਰ ਅਤੇ ਪੂਰੇ ਪੰਜਾਬ ਦਾ ਹਜ਼ਾਰਾਂ ਵਹੀਕਲਾਂ ਦਾ ਜਥਾ ਦਿੱਲੀ ਪਹੁੰਚਿਆ ਵਾ 20 ਤਰੀਕ ਨੂੰ ਤਰਨ ਤਾਰਨ ਜ਼ਿਲ੍ਹੇ ਨੇ ਬਹੁਤ ਵੱਡੇ ਪੱਧਰ 'ਤੇ ਹਜ਼ਾਰਾਂ ਟਰੈਕਟਰ ਟਰਾਲੀਆਂ ਲੱਖਾਂ ਟਰੈਕਟਰ ਜਿਹੜੇ ਆ ਪੰਜਾਬ 'ਚੋਂ ਜਾਣਗੇ ਗਾਂਹ 22 ਨੂੰ ਮਾਝੇ ਦੀ ਵਾਰੀ ਤੁਸੀਂ ਕਹਿੰਦੇ ਟਰੈਕਟਰ ਟਰਾਲੀਆਂ ਲੈ ਕੇ ਆਓ ਅਤੇ 20 ਦਿਨ ਦਾ ਪ੍ਰੋਗਰਾਮ ਬਣਾ ਕੇ ਆਓ ਪਿੰਡਾਂ ਦੇ ਪ੍ਰੋਗਰਾਮ ਇਸ ਤਰ੍ਹਾਂ ਸੈੱਟ ਕਰੋ ਵੀ ਤੁਹਾਡੀ ਇੱਕ ਟਰਾਲੀ ਜਾਵੇ ਇੱਕ ਵਾਪਸੀ ਇੱਕ ਤੁਰ ਪਵੇ ਲੰਮਾ ਅੰਦੋਲਨ ਚੱਲਾ ਲੰਮੀ ਤਿਆਰੀ ਕਰਕੇ ਜਾਣਾ ਚਾਹੀਦਾ 26 ਵਾਲਾ ਪੀਸਫੁਲੀ ਪਹਿਲਾਂ ਵੀ ਸੀ ਗਾਂਹ ਵੀ ਪੀਸਫੁਲੀ ਕਰਾਂਗੇ ਕੀ ਕਹਿਣਾ ਚਾਹੋਗੇ ਕਿਸਾਨਾਂ ਨੂੰ ਕਦੀ ਅੱਤਵਾਦੀ ਕਿਹਾ ਜਾਂਦਾ ਕਦੀ ਮਾਓਵਾਦੀ ਕਿਹਾ ਜਾਂਦਾ ਵਾ ਕਦੀ ਖਾਲਿਸਤਾਨ ਦਾ ਨਾਂ ਦਿੱਤਾ ਜਾਂਦਾ ਵਾ ਕੀ ਕਹਿਣਾ ਚਾਹੋਗੇ ਆਹ ਦੇਖੋ ਮੈਨੂੰ ਲੱਗਦਾ ਇਹਨਾਂ ਘਟਨਾਵਾਂ ਦੀ ਨਿੰਦਿਆ ਕਰਨੀ ਚਾਹੀਦੀ ਆ ਮੋਦੀ ਜੀ ਦੀ ਸਰਕਾਰ ਦੀ ਨੀਅਤ ਅਤੇ ਨੀਤੀ ਪਹਿਲੇ
की कहना चाहोगे साढ़े जिहड़े उत्थे कई बजुर्ग भी बड़े शहीद हो चुके हैं, नौजवान शहीद हो चुके हैं बड़ी तादाद में, अजे तक उन्हां दा कोई कह सकते उन्हां नूं मुआवजा कितों किसी ने मिला, की कहना चाहोगे? देखो जी, ये तो सरकार नूं सोचना चाहिए वा भी वो इस किस्म दीआं शहादतां हो रही वो संजीदा नहीं है, कुछ खोण लई कुछ पाउणा पैंदा, कोई गल नहीं, आपां अपने जिगर दे टुटे खो रहे हाँ, ये कुरबानियां रंग लैके आउणगियां, कुछ नहीं हुंदा, सानूं निराश नहीं होना चाहिए, आगूआं ते विश्वास रहे, एक दिन एक घोल जित के निकलेंगे, कानून रद्द होणगे। चेयरमैन वालों भी जिहड़ा वा कहा गया भी मोदी हक च भी जिहड़े बिल ने फायदेमंद ने, की कहना चाहुंदे? मुद्रा कोश फंड दे जिहड़े चेयरमैन का फोन आया वा, बहुत घातक आ, क्योंकि ऐसी गल जिहड़ी पहले कहिंदे हुंदे सी भी इंटरनेशनली दबाव वा, उन्हां दे बयान ने साबित कर दिता जिवें उन्हां मोदी दीआं नीतियां का समर्थन किया भी इंटरनेशनली तौर पर जिहड़े आ पूरा दबाव पा के यह बिल लियांदे गए, चंद पूंजीपतियां नूं खुश करके सरमाएदारी नीतियां साडे देश विच लागू कीतियां जिहड़ियां अमरीका दे जोर च पहलों फेल हो चुकी आ। इस बयान की असीं निंदा करते हैं, अज जंडियाला गुरु ते अमृतसर गोल्डन गेट ते अर्थी फूक मुजारा उन्हां दा करांगे। धन्यवाद जी। इस जाना गलबात की सरबत सिंह पंदेल जिहड़े कि सूबा प्रधान ने उन्होंने जिहड़ा वा किसानां दे दस्सिया भी वड्डी तादाद विच जिहड़ा वा ट्रैक्टर जिहड़ी रैली जिहड़ी कढ़ी जाऊ 26 मार्च। अमृतसर तों पंजाबी लोक चैनल लई हरजीत गरेवाल दी खास रिपोर्ट।